ਲੁੱਟਖੋ ਦੇ ਮਾਮਲੇ ਵਿੱਚ ਇੱਕ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਲੰਧਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 15 ਮੋਬਾਈਲ ਫੋਨ, ਅਲੱਗ ਅਲੱਗ ਕੰਪਨੀਆਂ ਦੇ 3 ਸਿਲੰਡਰ ਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ। ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਮਾਮਲਾ ਦਰਜ ਕਰਕੇ ਮੁਜਰਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਉੱਥੇ ਹੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਹਿਲਾਂ ਵੀ ਇਸ ਮੁਜਰਮ ਖਿਲਾਫ ਚੋਰੀ ਦੇ ਮਾਮਲੇ ਦਰਜ ਕੀਤੇ ਹੋਏ ਨੇ। ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਸਵਪਨ ਸ਼ਰਮਾ IPSD ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇੱਕ ਸਪੈਸ਼ਲ ਕੰਪੇਨ ਅਗੇਂਸਟ ਸਨੈਚਰਸ ਐਂਡ ਦ ਥੀਵਸ ਤੇ ਚਲਾਇਆ, ਜਿਸ ਦੇ ਤਹਿਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈਗਾ, ਜੋ ਕਿ ਉਹਦੇ ਕੋਲੋਂ ਅਸੀਂ ਚੋਰੀ ਸ਼ੁਦਾ ਜਿਹੜੇ 15 ਵੱਖ ਵੱਖ ਕੰਪਨੀਆਂ ਦੇ ਮੋਬਾਈਲ ਫੋਨ ਰਿਕਵਰ ਕੀਤੇ ਹੈ, 3 ਚੋਰੀ ਦੇ ਸਿਲੰਡਰ ਰਿਕਵਰ ਕੀਤੇ ਹੈ ਅਤੇ 1 ਮੋਟਰਸਾਈਕਲ ਰਿਕਵਰ ਕੀਤਾ ਹੈ, ਜਿਸ ਦੇ ਖਿਲਾਫ ਰੈਲੀਵੈਂਟ ਸੈਕਸ਼ਨਸ ਆਫ BNS ਦੇ ਅਸੀਂ ਥਾਣਾ ਭਾਰਗੋ ਕੈਂਪ ਦੇ ਵਿੱਚ ਮੁਕੱਦਮਾ ਦਰਜ ਕੀਤਾ। ਹਾਂਜੀ, ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ 'ਤੇ ਇੱਕ ਫਿਰੋਜ਼ਪੁਰ ਦਾ ਚੋਰੀ ਦਾ ਪਰਚਾ ਸਾਹਮਣੇ ਆਇਆ, ਜਿੱਦਾਂ 15 ਵੱਖ ਵੱਖ ਜਿਹੜੇ ਕੇਸਿਸ ਹੈਗੇ ਆ ਉਹ ਅਸੀਂ ਟਰੇਸ ਕਰ ਰਹੇ ਹਾਂ ਅਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਲੈ ਕੇ।